ਉਹ ਚੰਨੀ ਸਾਹਿਬ ਹੈ ਜੀ, ਬਹੁਤ ਕੁਛ ਕਹਿ ਗਏ ਆ, ਔਰ ਜਿਨ੍ਹਾਂ ਦੇ ਯਾਰ ਹਨੀ ਅਤੇ ਮੰਨੀ ਹੋਣ ਉਹ ਚੰਨੀ ਕੀ ਕਵੇ, ਉਹਦੇ ਨਾਲ ਦੇ ਸਾਥੀ ਉਹਦੇ MLA ਉਹਦੇ ਬਾਰੇ ਕਹਿੰਦੇ ਆ ਚੰਨੀ ਕਰਦਾ ਚੰਗੀ ਗੱਲ ਕਿ ਗੰਦੀ ਗੱਲ, ਤੁਸੀਂ ਨਾਲ ਵੀ ਸੋਚ ਕੇ ਗੱਲ ਕਰੇ ਤਾਂ ਚੰਗਾ। ਅੱਗੇ ਇਹਨੂੰ ਇੱਕ ਵਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ, ਤੇ ਕਹਿੰਦਾ ਜਿੰਨੇ ਪੱਚ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸ ਦੇ। ਸੋ ਮੇਰਾ ਵੀਰ ਕੁਛ ਬੋਲ ਸਕਦਾ, ਚੰਨੀ ਮਾਫ਼ੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲੀਟਿਕਸ ਨਹੀਂ ਹੋ ਸਕਦੀ, ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ, ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇ, ਉਹ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁੰਛ ਅੱਤਵਾਦੀ ਹਮਲੇ ਨੂੰ ਸਟੰਟ ਕਿਹਾ ਤੇ ਇਸ ਤੇ ਸਿਆਸਤ ਗਰਮਾ ਗਈ, ਵਿਰੋਧੀ ਧਿਰਾਂ ਚੰਨੀ ਦੁਆਲੇ ਹੋ ਗਈਆਂ ਨੇ। ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਚੰਨੀ ਮੁਆਫ਼ੀ ਮੰਗਣ ਤੇ ਜੇ ਨਹੀਂ ਮੰਗਦੇ ਤਾਂ ਫਿਰ ਕਾਂਗਰਸ ਐਕਸ਼ਨ ਲਵੇ। ਚੰਨੀ ਸਾਹਿਬ ਨਾ ਜੀ ਬਹੁਤ ਕੁਛ ਕਹਿ ਗਏ ਆ, ਔਰ ਜਿਨ੍ਹਾਂ ਦੇ ਯਾਰ ਹਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ, ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ MLA ਉਹਦੇ ਬਾਰੇ ਕਹਿੰਦੇ ਆ ਚੰਨੀ ਕਰਦਾ ਚੰਗੀ ਗੱਲ ਕਿ ਗੰਦੀ ਗੱਲ, ਤੁਸੀਂ ਨਾਲ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ। ਅੱਗੇ ਇਹਨੂੰ ਇੱਕ ਵਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ, ਤੇ ਕਹਿੰਦਾ ਜਿੰਨੇ ਪੱਚ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸ ਦੇ। ਸੋ ਮੇਰਾ ਵੀਰ ਕੁਛ ਬੋਲ ਸਕਦਾ, ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਓ, ਮਗਰ ਮੈਂ ਇਹੋ ਜਿਹੇ ਬਿਆਨਾਂ ਦੀ ਨਿਖੇਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ। ਇਹ ਪੋਲੀਟਿਕਸ ਕਾਂਗਰਸ ਦੀ ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫ਼ੀ ਮੰਗੇ, ਚੰਨੀ ਮਾਫ਼ੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲੀਟਿਕਸ ਨਹੀਂ ਹੋ ਸਕਦੀ, ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ, ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੇ, ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ, ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ, ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ 'ਤੇ ਐਕਸ਼ਨ ਲੈਣਾ ਚਾਹੀਦਾ। ਜੇ ਨਹੀਂ ਲਊਗੀ ਤੇ ਮੈਂ ਸਮਝੂੰਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆਂ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਵੀਰਾਂ ਦਾ ਅਪਮਾਨ ਕਰ। ਹਾਲਾਂਕਿ ਚਰਨਜੀਤ ਸਿੰਘ ਚੰਨੀ ਆਪਣੇ ਬਿਆਨ ਤੇ ਸਪਸ਼ਟੀਕਰਨ ਵੀ ਦੇ ਚੁੱਕੇ ਨੇ। ਮੈਂ ਇਹ ਕਹਿ ਰਿਹਾ ਕਿ ਜੋ ਦੇਸ਼ ਕਾ ਜਵਾਨ ਫੌਜੀ ਹੈ, ਹਮੇ ਉਸ ਪੇ ਗਰਵ ਹੈ ਔਰ ਹਮ ਉਸ ਪੇ ਮਾਣ ਕਰਤੇ ਹੈ, ਵੋ ਹਮਾਰੀ ਰਕਸ਼ਾ ਕਰਤਾ ਹੈ, ਰਾਤ ਕੋ ਵੀ ਬਰਫ ਮੇ ਵੀ ਵੋ ਰਾਤ ਕੋ ਵੀ ਬੈਠਤਾ ਹੈ ਔਰ ਹਮੇ ਸੁਰੱਖਿਆ ਦੇਤਾ ਹੈ, ਹਮ ਉਸਕਾ ਸਤਿਕਾਰ ਕਰਤੇ ਹੈ, ਉਸਕਾ ਕੋਈ ਵੀ ਦੇਣ ਨਹੀਂ ਦੇ ਸਕਤਾ। ਔਰ ਜਬ ਵੀ ਚੁਣਾਵ ਆਤਾ ਹੈ ਤੋ ਜੋ ਅਟੈਕ ਹੋਤੇ ਹੈ ਉਸਕੀ ਹਮ ਨਿੰਦਾ ਕਰਤੇ ਹੈ, ਜੋ ਪਹਿਲੇ ਪੁਲਵਾਮਾ ਮੇ ਅਟੈਕ ਹੁਆ ਮੈਂ ਉਸਕੀ ਆਜ ਵੀ ਨਿੰਦਾ ਕਰਤਾ ਹੂੰ, ਉਸ ਦਿਨ ਵੀ ਕੀ ਥੀ, ਔਰ ਜੋ ਅਬ ਅਟੈਕ ਹੁਆ ਮੈਂ ਉਸਕੀ ਆਜ ਵੀ ਨਿੰਦਾ ਕਰਤਾ ਹੂੰ, ਉਸਕੇ ਦਿਨ ਵੀ ਕੀ ਥੀ, ਔਰ ਜਿਨ੍ਹੋਂਨੇ ਅਟੈਕ ਕੀਆ ਉਨਕੀ ਸ਼ਨਾਖਤ ਕਰਕੇ ਉਨਕੋ ਠੋਕਣਾ ਚਾਹੀਏ, ਯੇ ਮੈਂ ਪਹਿਲੇ ਵੀ ਕਹਿ ਚੁੱਕਾ ਹੂੰ, ਆਜ ਵੀ ਕਹਿਤਾ ਹੂੰ, ਔਰ ਮੈਂ ਕੇਂਦਰ ਸਰਕਾਰ ਕੋ ਕਹਿਤਾ ਹੂੰ ਕਿ ਇਸ ਪੇ ਰਾਜਨੀਤੀ ਨਹੀਂ ਹੋਣੀ ਚਾਹੀਏ ਔਰ ਨਾ ਹੀ ਮੈਂ ਕਰਨਾ ਚਾਹਤਾ ਹੂੰ।